ਜਿੱਥੇ ਪੰਜਾਬ ਇਸ ਸਮੇਂ ਹੜ੍ਹਾਂ ਦੀ ਮਾਰ ਚੱਲ ਰਿਹਾ, ਉੱਥੇ ਦੂਜੇ ਪਾਸੇ ਕੁਝ ਲੋਕ ਬੱਚੇ ਚੋਰੀ ਕਰਨ ਅਤੇ ਲੁੱਟਾਂ ਖੋਹਾਂ ਕਰਕੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਨੇ ਅਤੇ ਫੜੇ ਜਾਣ ਤੇ ਪਾਗਲਪਨ ਦਾ ਨਾਟਕ ਕਰਦੇ ਵੀ ਨਜ਼ਰ ਆ ਰਹੇ ਨੇ। ਅਜਿਹਾ ਇੱਕ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ, ਜਿੱਥੇ ਇੱਕ ਔਰਤ ਵੱਲੋਂ ਦੁਕਾਨ ਦੇ ਬਾਹਰ ਬੈਠੀ 4 ਸਾਲਾ ਬੱਚੀ ਅਤੇ ਉਸਦੀ ਗੋਦੀ 'ਚ ਬੈਠੇ ਛੋਟੇ ਬੱਚੇ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਬੱਚੀ ਵੱਲੋਂ ਕੋਲ ਖੜ੍ਹੇ ਬੰਦੇ ਨੂੰ ਬੁਲਾ ਕੇ ਅਤੇ ਰੌਲਾ ਪਾ ਕੇ ਔਰਤ ਦੇ ਮਾੜੇ ਮਨਸੂਬੇ ਕਾਮਯਾਬ ਹੋਣ ਨਾ ਦਿੱਤੇ, ਜਿਸ ਤੋਂ ਬਾਅਦ ਲੋਕਾਂ ਵੱਲੋਂ ਉਸਨੂੰ ਫੜ ਲਿਆ ਗਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਬੱਚੀ ਦੇ ਪਿਤਾ ਦਾ ਕਹਿਣਾ ਕਿ ਇਹ ਔਰਤ ਪਹਿਲਾਂ ਵੀ ਇੱਕ ਬੱਚੇ ਨੂੰ ਅਗਵਾ ਕਰ ਚੁੱਕੀ ਹੈ ਤੇ ਜਦੋਂ ਇਸ ਨੂੰ ਫੜਿਆ ਗਿਆ ਤਾਂ ਇਹ ਆਪਣੇ ਆਪ ਨੂੰ ਪਾਕਿਸਤਾਨ ਤੋਂ ਦੱਸ ਰਹੀ ਸੀ ਤੇ ਅਲੱਗ ਅਲੱਗ ਭਾਸ਼ਾਵਾਂ ਵਿੱਚ ਬੋਲ ਰਹੀ ਸੀ, ਜੋ ਕਿ ਸਮਝ ਵਿੱਚ ਨਹੀਂ ਆ ਰਿਹਾ ਸੀ। ਕੁੜੀਆਂ ਨਾਲ ਖੇਡਦੀ ਪਈ ਦੁਕਾਨ ਦੇ ਲਾਗੇ ਤੇ ਜਨਾਨੀ ਆਈ ਤੇ ਲਾਗੇ ਜੇ ਘੁੰਮਣ ਲੱਗ ਗਈ। ਅੱਛਾ। ਤੇ ਨਾ ਕੁੜੀ ਨੂੰ ਫੜ ਲੱਗੀ ਤੇ ਨਾਲੇ ਨਾਲ ਦੀ ਮੈਨੂੰ ਫੜ ਲਿਆ ਉਹਨੂੰ, ਕਹਿੰਦੇ ਕੁਛ ਕੌਣ ਹੈਗੀ, ਪੁੱਛਿਆ ਉਹਨੇ ਕੋ, ਕਹਿੰਦੀ ਉਹ ਪਾਕਿਸਤਾਨ ਨੂੰ ਆਈ ਆ, ਉਹਦੀ ਭਾਸ਼ਾ ਬੋਲੀ ਜਾਏ ਪਾਕਿਸਤਾਨ ਨੂੰ ਆਈ ਆ। ਉਹਨੇ ਇਹ ਪਤਾ ਕੀਤਾ ਕਿ ਬੱਚੇ ਚੁੱਕਣ ਵਾਲੀ ਹੈਗੀ, ਕੱਲ੍ਹ ਦੀ ਮੇਰੀ ਵੀਡੀਓ ਪਈ ਹੋਈ ਹੈ ਕਿ ਇੱਕ ਬੱਚਾ ਝੋਲੀ 'ਚ ਲੈ ਕੇ ਲਾ ਰਹੀ ਹੈ। ਸਰ ਇੰਨਾ ਨਹੀਂ ਪਤਾ ਹੈਗਾ ਕੀ ਬੋਲਦੀ ਕੀ ਆ, ਕਦੀ ਕੋਈ ਭਾਸ਼ਾ ਬੋਲ ਰਹੀ, ਕਦੀ ਕੋਈ ਭਾਸ਼ਾ ਬੋਲ ਰਹੀ ਹੈ। ਲੋਕ ਇਹ ਕਹਿ ਰਹੇ ਕਿ ਬੱਚੇ ਚੁੱਕਣ ਵਾਲੀ ਲੋਕ ਕਿਤੇ ਮਾਰਨ ਫਿਰ ਰਹੇ ਆ, ਪਰ ਹਾਲੇ ਕਾਰਵਾਈ ਹੋ ਰਹੀ ਹੈ, ਉੱਚ ਪਾਕਿਸਤਾਨ ਕਹਿ ਰਹੀ ਹੈ, ਪਤਾ ਨਹੀਂ ਲੱਗਾ ਸਰ ਇੰਨਾ ਪਤਾ। ਉੱਥੇ ਫੜੀ ਹੋਈ ਔਰਤ ਆਪਣੇ ਆਪ ਨੂੰ ਪਾਕਿਸਤਾਨ ਤੋਂ ਦੱਸ ਰਹੀ ਹੈ ਤੇ ਬੱਚੀ ਦੀ ਮਾਂ ਨੂੰ ਆਪਣੀ ਰਿਸ਼ਤੇਦਾਰ ਦੱਸ ਰਹੀ ਹੈ ਅਤੇ ਉਸ ਵੱਲੋਂ ਬੱਚੇ ਚੁੱਕਣ ਦੀ ਗੱਲ ਨੂੰ ਗਲਤ ਦੱਸਿਆ ਜਾ ਰਿਹਾ। ਇੱਥੇ ਬੇਟਾ ਮੈਂ ਤਾਂ ਸਿਰਫ ਭੁੱਖੀ ਧਿਆਈ ਫਿਰਦੀ ਸੀ ਕਿ ਮੇਰੇ ਘਰੋਂ ਦਿੱਤੇ ਕੱਢ, ਮੇਰੇ ਐਕਟਰ ਆ ਗਏ ਸੀ ਸਾਰੇ ਅਤੇ ਮੇਰੇ ਮਾਮੇ ਦਾ ਮੁੰਡਾ ਵੀ ਨਹੀਂ ਜਾਣਦਾ ਮਨਦੀਪ ਸਾਨੂੰ, ਅਤੇ ਸਾਨੂੰ ਕੋਈ ਵੀ ਨਿਆਮਣੀ ਵੀ ਨਹੀਂ ਜਾਣਦੀ, ਮੋਬਾਈਲ ਲੈ ਕੇ ਆਈ ਅਤੇ ਮੋਬਾਈਲ ਆ ਕੇ ਮੈਂ ਘਰੋਂ ਕੱਢਿਆ, ਜਦੋਂ ਕਹਿੰਦੇ ਮਨਦੀਪ ਪੱਖਾ ਬਦਲ ਲੈਂਦਾ ਸਰ ਮੇਰੇ ਤਾਂ ਘਰ ਵਾਲੇ ਨੂੰ ਖਾ ਗਿਆ ਸਰ, ਮੈਂ ਤਾਂ ਕਿਸੇ ਨੂੰ ਕੁਛ ਨਹੀਂ ਕਹੀ। ਅੱਜ ਬੱਚਾ ਚੁੱਕਿਆ ਕਿਉਂ ਚੁੱਕਿਆ ਨਹੀਂ ਪਤਾ, ਮੈਂ ਨਹੀਂ ਚੁੱਕਿਆ, ਮੇਰੇ ਭਰਾ ਵਰਗਾ ਮੈਨੂੰ ਦੱਸਿਆ ਇਹ ਮਗਰ ਬਈ ਆਈ, ਇਹ ਮੇਰੀ ਸਹੇਲੀ ਆ ਉੱਥੇ ਦੀ, ਮੈਂ ਜਿਸ ਸਾਈਕਲ 'ਤੇ ਜਾਂਦੀ ਸੀ ਕੰਮ ਕਰਨ, ਮੈਂ ਜਰਦੀ ਨਹੀਂ ਹੁੰਦੀ ਸੀ, ਬਿੰਦੂ ਜਿੰਦੂ ਜਿੰਦੂ ਆ ਸਰ, ਜਿਹੜੇ ਕਿਤੇ ਰਹਿਣ ਵਾਲੇ ਸੀਗੇ ਪਾਕਿਸਤਾਨੀ ਵੱਜਦੇ ਸੀ ਸਰ, ਉੱਥੇ ਵੀ ਖਾ ਲਿਆ ਲੋਕਾਂ ਨੇ, ਇੱਥੇ ਵੀ ਖਾ ਲਿਆ ਸਰ, ਚਾਹੇ ਕਾਲੀ ਕੀਤੀ ਪਈ ਮੇਰੇ ਤਾਂ ਰਾੜਾ ਮੂੰਹ 'ਚ ਲਾਈ ਜਾਂਦੇ ਆ, ਮੂੰਹ 'ਚ ਡਿਫੈਕਟ ਲੈਂਦੇ ਆ ਸਰ, ਅਤੇ ਇਹ ਤਾਂ ਸ਼ਹੀਦੀ ਸਰ ਗੁਰਦਾਸਪੁਰੀ ਵੱਜਦੇ ਸੀਗੇ ਸਰ, ਮੈੜੀ ਤੋਂ ਵਿਆਹ ਕੇ ਲਿਆਏ ਸੀ ਇਹਨੂੰ ਸਰ, ਅਤੇ ਗੁਰਦੀਪ ਘਰੇ ਵਿਆਹੀ ਸੀ। ਉੱਥੇ ਦੂਜੇ ਪਾਸੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਆਊਟਸਾਈਡ ਲੋਰੀਗੇਟ ਦੇ ਰਹਿਣ ਵਾਲੇ ਸੀਗੇ ਪਰਮਜੀਤ ਕੌਰ, ਉਹਨਾਂ ਦੇ ਮਾਤੇ ਪਰਿਵਾਰ ਨਾਲ ਕਿਤੇ ਬਾਹਰ ਗਏ ਸੀ ਘੁੰਮਣ ਫਿਰਨ, ਉੱਥੋਂ ਉਹਨਾਂ ਨੂੰ ਸ਼ੱਕ ਹੋਇਆ ਵੀ ਇੱਕ ਲੇਡੀ ਵੀ ਉਹਨਾਂ ਨੂੰ ਫੋਲੋ ਕਰ ਰਹੀ ਹੈ, ਉਹ ਫਿਰ ਕਰਕੇ ਜਦੋਂ ਹੌਲੀ ਹੌਲੀ ਲੋਕ ਇਕੱਠੇ ਹੋਏ ਆ ਅਤੇ ਉੱਥੋਂ ਲੈ ਕੇ ਇਹਨਾਂ ਨੂੰ ਇੱਥੇ ਚੌਂਕੀ ਪਹੁੰਚੇ ਨੇ, ਇਹਦੇ ਬਾਰੇ ਹੁਣ ਵੈਰੀਫਾਈ ਕੀਤਾ ਜਾ ਰਿਹਾ, ਜੋ ਵੀ ਇਹ ਲਿਖੀ ਰਿਪੋਰਟ ਦੇਣਗੇ ਉਹਦੇ ਮੁਤਾਬਕ ਕਰਾਂਗੇ। ਇਹ ਪਰਮਜੀਤ ਕੌਰ ਦੀ ਬੇਟੀ ਹੈ ਜੀ, ਬੇਟੀ ਛੋਟੀ ਹੈ ਨਾਲ, ਹੁਣ ਸਾਰਾ ਅਸੀਂ ਬਿਆਨ ਲਿਖਾਉਣਗੇ ਇਹ ਅਜੇ ਪਹੁੰਚੇ ਹੀ ਆ, ਬਿਆਨ ਲਿਖਾਉਣਗੇ ਅਤੇ ਫਿਰ ਕਾਰਵਾਈ ਕਰਨਗੇ, ਅਜੇ ਨਾਮ ਨਹੀਂ ਕੋਈ ਕਲੀਅਰ ਹੈਗਾ, ਅਜੇ ਬੈਟਰੀ ਅਫਸਰ ਲੱਗ ਰਹੀ ਹੈ, ਬਾਕੀ ਇਹ ਕਲੀਅਰ ਕੀਤੇ ਹੋਈ ਹੈ ਸਾਰਾ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ ਟੀਵੀ।